ਪੰਜਾਬ ਦੀ ਸੋਚ ਹੈ ਜਿਸ ਇਨਸਾਨ ਦੇ ਕੋਲ ਉਹ ਕਿਸੇ ਵੀ ਪਲੇਟਫਾਰਮ ਤੋਂ ਖੜ੍ਹੇ ਹੋ ਕੇ ਕਿਸੇ ਵੀ ਪਾਰਟੀ ਦੇ ਨਾਲ ਜਾ ਕੇ ਪੰਜਾਬ ਦੇ ਹਿੱਤ ਵਿੱਚ ਗੱਲਾਂ ਕਰ ਸਕਦਾ। ਇਹ ਜ਼ਰੂਰੀ ਤਾਂ ਨਹੀਂ ਵੀ ਕਾਂਗਰਸ ਜਾਂ ਕਿਸੇ ਪਰਟੀਕੁਲਰ ਪਾਰਟੀ ਨੇ ਜਾਂ ਆਮ ਆਦਮੀ ਪਾਰਟੀ ਨੇ ਇਹਦੇ 'ਤੇ ਕਬਜ਼ਾ ਕਰ ਲਿਆ ਪੰਜਾਬ 'ਤੇ। ਪਰ ਰਾਜਾ ਬਿੰਦ ਕਰ ਕਹਿੰਦੇ ਰਹੇ ਕਹਿੰਦੇ ਉਹ ਚਿੱਟੀ ਪੱਗ ਬੰਨਦੇ ਸੀ ਉਸ ਸਮੇਂ ਦੇ ਦੌਰਾਨ ਕਾਂਗਰਸ ਨੂੰ ਅੱਪ ਕਰਿਆ, ਕਹਿੰਦੇ ਮਾੜੇ ਸਮੇਂ 'ਚ ਧੋਖਾ ਦਿੱਤਾ। ਮਾੜਾ ਪਹਿਲੀ ਗੱਲ ਤਾਂ ਤੁਸੀਂ ਕਾਂਗਰਸ ਦੀ ਇਹ ਜੇ ਸੋਚ ਹੈਗੀ ਵੀ ਉਹ ਮਾੜੇ ਸਮੇਂ 'ਚ ਹੈਗੇ ਨੇ ਨਾ, ਉਹ ਮਾੜਾ ਸਮਾਂ ਗਿਣਦੇ ਨੇ ਅਤੇ ਫਿਰ ਉਹ ਮਾੜੇ ਸਮੇਂ ਦੀ ਗੱਲ ਕਰ ਰਹੇ ਨੇ ਅਤੇ ਮਾੜਾ ਸਮਾਂ ਤਾਂ ਕਾਂਗਰਸ ਦਾ ਹੈਗਾ ਹੀ ਹੈ। ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਮਾੜਾ ਸਮਾਂ ਹੋ ਜਾਏ। ਪਰ ਲੱਗਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਸਰ ਇੱਕ ਵਾਰੀ ਸੀਗਾ, ਬਲਵੀਰ ਸਿੰਘ ਹੁਣ ਵਾਪਸ ਗਏ ਸੀਗੇ ਅਤੇ ਉਹ ਸਿਚੁਏਸ਼ਨ ਹੁਣ ਬਿਲਕੁਲ ਪਲਟਦੀ ਹੋਈ ਨਜ਼ਰ ਆ ਰਹੀ ਹੈ, ਲੋਕ ਦੁਬਾਰਾ ਬੀਜੇਪੀ ਨੂੰ ਅਕਾਲੀ ਪਾਰਟੀ ਦੇ ਤੌਰ 'ਤੇ ਮੌਕਾ ਦੇਣਗੇ। ਦੇਖੋ, ਬੀਜੇਪੀ ਦਾ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਕੀ ਹੈਗਾ ਕਿ ਕੋਈ ਵੀ ਪਾਰਟੀ ਕੋਈ ਵੀ ਸੰਗਠਨ ਲੀਡਰਸ਼ਿਪ ਤੋਂ ਬਗੈਰ ਨਹੀਂ ਚੱਲਦਾ। ਬੀਜੇਪੀ ਦੇ ਵਿੱਚ ਲੀਡਰਸ਼ਿਪ ਦੀ ਕੋਈ ਐਸੀ ਉਲਝਣ ਜਾਂ ਕੋਈ ਕਨਫਿਊਜ਼ਨ ਨਹੀਂ ਹੈ। ਸਾਡਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਨਰਿੰਦਰ ਭਾਈ ਮੋਦੀ ਨੇ, ਸਾਡਾ ਪਾਰਟੀ ਦਾ ਪ੍ਰਧਾਨ ਜਿਹੜਾ ਹੈਗਾ ਉਹ ਨੱਡਾ ਜੀ ਨੇ, ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਨੇ, ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਸਾਹਿਬ ਨੇ, ਸਾਰਿਆਂ ਦੇ ਕੋਲ ਆਪਣੇ ਆਪਣੀ ਜ਼ਿੰਮੇਦਾਰੀ ਦਾ ਕੰਮ ਹੈ ਔਰ ਆਪਣੀ ਆਪਣੀ ਜ਼ਿੰਮੇਦਾਰੀ ਨਾਲ ਕੰਮ ਕਰਦੇ, ਕੋਈ ਕਨਫਿਊਜ਼ਨ ਨਹੀਂ ਹੈ। ਬਈ ਨਹੀਂ ਨਹੀਂ ਕਾਂਗਰਸ ਦਾ ਤਾਂ ਇਹ ਨਹੀਂ ਪਤਾ ਗਾ ਵੀ ਦੱਸੋ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਕੋਈ ਹੈਗਾ, ਦੱਸ ਦਿਓ ਮੈਨੂੰ ਕੌਣ ਹੈ। ਇੱਕ ਉਹਨਾਂ ਨੇ ਇੰਡੀਆ ਬਣਾਈ ਹੈ, ਉਹਦੇ 'ਚ ਕਦੀ ਮਮਤਾ ਕਹਿੰਦੀ ਮੈਂ ਪ੍ਰਧਾਨ ਮੰਤਰੀ ਬਣਨਾ, ਕਦੀ ਉਹ ਨਿਤਿਸ਼ ਕੁਮਾਰ ਜੀ ਦਾ ਛੱਡ ਹੀ ਗਏ ਨੇ ਨਾ। ਹੋਰ ਮੈਨੂੰ ਦੱਸੋ ਵੀ ਉੱਥੇ ਮਾਇਆਵਤੀ ਵੀ ਇਹਨਾਂ ਨੂੰ ਛੱਡ ਗਈ। ਇਹ ਤਾਂ ਆਪਸ 'ਚ ਹੀ ਤਿੰਨ ਚਾਰ ਜਣੇ ਹੈਗੇ ਜਿਹੜੇ ਖਿਚੜੀ ਪਕਾਈ ਜਾਂਦੇ ਨੇ। ਯਾਦਵ ਸਾਹਿਬ ਦਾ ਗਰੁੱਪ ਹੈਗਾ ਸਪਾ ਦਾ, ਕਹਿਣ ਦਾ ਮਤਲਬ ਕਿ ਲੋਕਾਂ ਨੂੰ ਕਨਫਿਊਜ਼ ਕਰਤਾ ਇਹਨਾਂ ਨੇ ਔਰ ਲੋਕ ਇਸ ਵੇਲੇ ਕਨਫਿਊਜ਼ਨ 'ਚ ਨਹੀਂ ਰਹਿਣਾ ਚਾਹੁੰਦੇ, ਉਹ ਦੇਖਣਾ ਚਾਹੁੰਦੇ ਨੇ ਵੀ ਵਿਕਸਿਤ ਭਾਰਤ ਦੀ ਜਿਹੜੀ ਗੱਲ ਕੀਤੀ ਹੈ, ਨਾਰਾ ਦਿੱਤਾ ਹੈ, ਗਰੰਟੀਆਂ ਦਿੱਤੀਆਂ ਨੇ, ਉਹ ਕੌਣ ਪੂਰੀਆਂ ਕਰ ਰਿਹਾ? ਕਿਆ ਕੇਜਰੀਵਾਲ ਜੀ ਪੂਰੀ ਕਰ ਰਹੇ ਨੇ ਜਾਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਜੀ ਮੋਦੀ ਸਾਹਿਬ ਕਰ ਰਹੇ ਨੇ? ਕੇਜਰੀਵਾਲ ਜਿਸ ਤਰ੍ਹਾਂ ਨਾਲ ਉਲਟ ਕਿਸ ਕਰਕੇ ਬਈ, ਇਹਨਾਂ ਚੀਜ਼ਾਂ ਦੀ ਉਲਟ ਪੁਲਟ ਨਹੀਂ ਹੁੰਦਾ ਗਾ, ਇਹ ਤਾਂ ਫੈਕਟਸ ਨੇ। ਜੇ ਪਾਰਟੀ ਗਵਰਨਮੈਂਟ ਨੇ ਕੋਈ ਸਟੈਪ ਲਿਆ ਹੈਗਾ ਉਹ ਵਿਦ ਪਰੂਫ, ਵਿਦ ਕੋਈ ਨਾ ਕੋਈ ਜਿਹੜੀ ਅਥੈਂਟਿਸਿਟੀ ਦੇ ਨਾਲ ਐਡਾ ਵੱਡਾ ਸਟੈਪ ਲਿਆ ਜਾਂਦਾ ਹੈ, ਉਹ ਕੋਈ ਆਮ ਆਦਮੀ ਥੋੜ੍ਹੀ ਸੀਗਾ ਵੀ ਜਿਹਨੂੰ ਫੜ ਕੇ ਦੇ ਦਿੱਤਾ ਜੀ ਸ਼ਾਮ ਨੂੰ ਬੇਲ ਹੋ ਜਾਏਗੀ। ਸੋ ਉਹ ਜੇ ਉਹਨਾਂ 'ਤੇ ਕੋਈ ਐਸਾ ਲੱਗਿਆ ਹੈਗਾ ਆਰੋਪ ਤਾਂ ਉਹ ਜਿਹੜੀ ਸਰਕਾਰ ਦੇ ਕੋਲ ਜਾਂ ਜਿਹੜੀ ਇਨਵੈਸਟੀਗੇਸ਼ਨ ਏਜੰਸੀਆਂ ਨੇ ਜਾਂ ਜਿਹੜੇ ED ਦੇ ਡਿਪਾਰਟਮੈਂਟ ਨੇ ਉਹਨਾਂ ਦੇ ਕੋਲ ਕੋਈ ਨਾ ਕੋਈ ਸਬੂਤ, ਬੜੇ ਭਾਰੀ ਸਬੂਤ ਔਰ ਪੁਖਤਾ ਸਬੂਤ ਹੋਣਗੇ। ਇਹ ਤਾਂ ਦੇਖੋ ਕਾਨੂੰਨੀ ਕੰਮ ਨੇ, ਜੇਲ੍ਹ 'ਚ ਸਰਕਾਰ ਚਲਾ ਸਕਦੇ ਕਿ ਨਹੀਂ ਚਲਾ ਸਕਦੇ, ਜੇ ਕਾਨੂੰਨ ਕੀ ਕਹਿੰਦਾ, ਭਾਰਤ ਦਾ ਕੌਨਸਟੀਟਿਊਸ਼ਨ ਕੀ ਕਹਿੰਦਾ, ਭਾਰਤ ਦੇ ਕੌਨਸਟੀਟਿਊਸ਼ਨ ਨਾਲ ਇਹ ਗੱਲਾਂ ਚੱਲਦੀਆਂ। ਤੁਸੀਂ ਮੈਨੂੰ ਪੱਤਰਕਾਰ ਹੋ, ਤੁਸੀਂ ਮੈਨੂੰ ਕੋਈ ਵੀ ਇੱਕ ਇੰਸਟੈਂਸ ਜਾਂ ਕੋਈ ਕਿਸਾਨ ਜਾਂ ਕੋਈ ਬਿਊਰੋਕਰੇਟ ਜਾਂ ਕੋਈ ਲੇਬਰ ਕਲਾਸ ਜਾਂ ਕੋਈ ਸਰਵਿਸ ਵਾਲਾ ਜਾਂ ਕੋਈ ਬਿਜ਼ਨਸਮੈਨ ਮੈਨੂੰ ਦੱਸੇ ਵੀ ਭਾਰਤੀ ਜਨਤਾ ਪਾਰਟੀ ਕਿਵੇਂ ਖਿਲਾਫ ਹੈ ਪੰਜਾਬ, ਜਿੰਨੇ ਪੰਜਾਬ ਦੇ ਬੈਨੀਫਿਟ ਪੰਜਾਬ ਦੇ ਕਿਸਾਨਾਂ ਨੂੰ ਮੌਜੂਦਾ ਸਰਕਾਰ ਦੇ ਰਹੀ ਹੈ
ਜਾਂ ਸਾਡੇ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਨਜ਼ਰੀਆ ਹੈ, ਉਹਨਾਂ ਦੀ ਦੂਰ ਅੰਦੇਸ਼ੀ ਉਹ ਦੇ ਰਹੀ ਹੈ, ਕਿਸੇ ਪਾਸੇ ਹੋਰ ਨਹੀਂ ਮਿਲ ਰਹੀ। MSP ਤਾਂ ਸਿਰਫ ਪੰਜਾਬ 'ਚ ਹੀ ਮਿਲ ਰਹੀ ਹੈ, ਹੋਰ ਬਾਕੀ ਥਾਵਾਂ 'ਤੇ ਤਾਂ ਹੈ ਹੀ ਨਹੀਂ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।